ਪਾਰਕਟ ਹੋਣ ਲਈ ਸਹੀ ਖੁਰਾਕ ਅਤੇ ਕਸਰਤ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਵੀ ਜ਼ਿਆਦਾ ਭੋਜਨ ਖਾਂਦੇ ਹੋ ਤੇ ਭਾਰ ਵਧਣ ਦੀ ਟੈਨਸ਼ਨ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਛੇ ਤਰ੍ਹਾਂ ਦੇ ਭੋਜਨ ਤੁਹਾਡੀ ਚਿੰਤਾ ਨੂੰ ਘਟ ਕਰ ਸਕਦੇ ਹਨ ਗ੍ਰੀਕ ਦਹੀਂ ਖਾਣਾ ਆਮ ਦਹੀਂ ਨਾਲੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਵਿੱਚ ਹਾਈ ਪ੍ਰੋਟੀਨ ਪਾਇਆ ਜਾਂਦਾ ਹੈ ਇਸ ਲਈ ਖਾਣੇ ਵਿੱਚ ਗ੍ਰੀਕ ਦਹੀਂ ਨੂੰ ਸ਼ਾਮਿਲ ਕਰਨ ਨਾਲ ਤੁਸੀਂ ਕੁਝ ਵੀ ਗੈਰ ਸਿਹਤਮੰਦ ਖਾਣ ਤੋਂ ਬਚ ਜਾਂਦੇ ਹੋ ਅਤੇ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਮਟਰ ਬੀਨਸ ਅਤੇ मूंगफली ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਇਸ ਨੂੰ ਦੁਪਹਿਰ ਦੇ ਖਾਣੇ ਵਿੱਚ ਖਾਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਸੇਤ ਵੀ ਠੀਕ ਰਹਿੰਦੀ ਹੈ ਓਟਸ ਅਤੇ ਓਟਮੀਲ ਨੂੰ ਨਾਸ਼ਤੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਨਾਲ ਪੇਟ ਲੰਬੀ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਓट्स ਵਿੱਚ ਕੈਲੋਰੀ ਘੱਟ ਹੁੰਦੀ ਹੈ ਤੇ ਫਾਈਬਰ ਜ਼ਿਆਦਾ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਅੰਡੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਇਹਨਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਣ ਪਾਏ ਜਾਂਦੇ ਹਨ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਨਾਲ ਭਰਪੂਰ ਹੋਣ ਕਾਰਨ ਇਹਨਾਂ ਨੂੰ ਖਾਣ ਨਾਲ ਪੇਟ ਲੈਂ ਜਿਹੜਾ ਹੋ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਨਾਸ਼ਤੇ ਵਿੱਚ ਅੰਡੇ ਅਤੇ ਟੋਸਟ ਖਾਣ ਨਾਲ ਦੁੱਧ ਅਤੇ ਅਨਾਸ ਖਾਣ ਨਾਲੋਂ ਘੱਟ ਕੈਲੋਰੀ ਹੁੰਦੀ ਹੈ ਪਨੀਰ ਵਿੱਚ ਜਿੰਨਾ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ ਓਨੇ ਹੀ ਘੱਟ ਫੈਟ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਹੁੰਦੀ ਹੈ। ਇਸ ਨੂੰ ਖਾਣ ਨਾਲ ਕੈਲੋਰੀ ਕਟ ਮਿਲਦੀ ਹੈ। ਇਸ ਨਾਲ ਪੇਟ ਹੈ ਜਿਹੜਾ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਨੀਰ ਅਤੇ ਅੰਡਾ ਬਰਾਬਰ ਲਾਭਦਾਇਕ ਹੁੰਦੇ ਹਨ। ਭਾਵੇਂ ਆਲੂਆਂ ਨੂੰ ਗੈਰ ਸਿਹਤਮੰਦ ਅਤੇ ਚਰਬੀ ਵਧਾਉਣ ਵਾਲਾ ਮੰਨਿਆ ਜਾਂਦਾ ਹੈ ਪਰ ਛਿਲਕੇ ਅਤੇ ਉਬਲੇ ਹੋਏ ਆਲੂਆਂ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਚਰਬੀ ਨਾ ਮਾਤਰ ਹੁੰਦੀ ਹੈ। ਆਲੂ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖੇ ਜਿਹੜੀ ਉਹ ਨਹੀਂ ਲੱਗਦੀ ਇਸ ਤਰ੍ਹਾਂ ਖੇਤਰਾਂ ਦੇ ਭੋਜਨ ਖਾਨਾ ਤੁਹਾਡੀ ਚਿੰਤਾ ਜਿਹੜੀ ਉਹ ਦੂਰ ਹੋ ਸਕਦੀ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰੈਨਿਊਜ਼ ਦੇ ਨਾਲ ਧੰਨਵਾਦ ਪਾਰਕਟਨ ਲਈ ਸਹੀ ਖੁਰਾਕ ਅਤੇ ਕਸਰਤ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਵੀ ਜ਼ਿਆਦਾ ਭੋਜਨ ਖਾਂਦੇ ਹੋ ਤੇ ਭਾਰ ਵਧਣ ਦੀ ਟੈਨਸ਼ਨ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਛੇ ਤਰ੍ਹਾਂ ਦੇ ਭੋਜਨ ਤੁਹਾਡੀ ਚਿੰਤਾ ਨੂੰ ਘਟ ਕਰ ਸਕਦੇ ਹਨ ਗ੍ਰੀਕ ਦਹੀਂ ਖਾਣਾ ਆਮ ਦਹੀਂ ਨਾਲੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਵਿੱਚ ਹਾਈ ਪ੍ਰੋਟੀਨ ਪਾਇਆ ਜਾਂਦਾ ਹੈ ਇਸ ਲਈ ਖਾਣੇ ਵਿੱਚ ਗ੍ਰੀਕ ਦਹੀਂ ਨੂੰ ਸ਼ਾਮਿਲ ਕਰਨ ਨਾਲ ਤੁਸੀਂ ਕੁਝ ਵੀ ਗੈਰ ਸਿਹਤਮੰਦ ਖਾਣ ਤੋਂ ਬਚ ਜਾਂਦੇ ਹੋ ਅਤੇ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਮਟਰ ਬੀਨਸ ਅਤੇ ਮੂੰਗਫਲੀ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਇਸ ਨੂੰ ਦੁਪਹਿਰ ਦੇ ਖਾਣੇ ਵਿੱਚ ਖਾਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਸੇਤ ਵੀ ਠੀਕ ਰਹਿੰਦੀ ਹੈ ਓਟਸ ਅਤੇ ਓਟਮੀਲ ਨੂੰ ਨਾਸ਼ਤੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਨਾਲ ਪੇਟ ਲੰਬੀ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਓਟਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਅੰਡੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਇਹਨਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਣ ਪਾਇਆ ਜਾਂਦੇ ਹਨ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਨਾਲ ਭਰਪੂਰ ਹੋਣ ਕਾਰਨ ਇਹਨਾਂ ਨੂੰ ਖਾਣ ਨਾਲ ਪੇਟ ਲੈਂ ਜਿਹੜਾ ਹੋ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਨਾਸ਼ਤੇ ਵਿੱਚ ਅੰਡੇ ਅਤੇ ਟੋਸਟ ਖਾਣ ਨਾਲ ਦੁੱਧ ਅਤੇ ਅਨਾਸ ਖਾਣ ਨਾਲੋਂ ਘੱਟ ਕੈਲੋਰੀ ਹੁੰਦੀ ਹੈ ਪਨੀਰ ਵਿੱਚ ਜਿੰਨਾ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ ਓਨੇ ਹੀ ਘੱਟ ਫੈਟ ਤੇ ਕਾਰਬੋਹਾਈਡਰੇਟ ਦੀ ਮਾਤਰਾ ਹੁੰਦੀ ਹੈ ਇਸ ਨੂੰ ਖਾਣ ਨਾਲ ਕੈਲੋਰੀ ਘੱਟ ਮਿਲਦੀ ਹੈ ਇਸ ਨਾਲ ਪੇਟ ਹੈ ਜਿਹੜਾ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਨੀਰ ਅਤੇ ਅੰਡਾ ਬਰਾਬਰ ਲਾਭਦਾਇਕ ਹੁੰਦੇ ਹਨ ਭਾਵੇਂ ਆਲੂਆਂ ਨੂੰ ਗੈਰ ਸਿਹਤਮੰਦ ਅਤੇ ਚਰਬੀ ਵਧਾਉਣ ਵਾਲਾ ਮੰਨਿਆ ਜਾਂਦਾ ਹੈ ਪਰ ਛਿਲਕੇ ਅਤੇ ਉਬਲੇ ਹੋਏ ਆਲੂਆਂ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ ਇਨ੍ਹਾਂ ਵਿੱਚ ਚਰਬੀ ਨਾ ਮਾਤਰ ਹੁੰਦੀ ਹੈ ਆਲੂ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖੇ ਜਿਹੜੀ ਉਹ ਨਹੀਂ ਲੱਗਦੀ ਇਸ ਤਰ੍ਹਾਂ ਖੇਤਰਾਂ ਦੇ ਭੋਜਨ ਖਾਨਾ ਤੁਹਾਡੀ ਚਿੰਤਾ ਜਿਹੜੀ ਉਹ ਦੂਰ ਹੋ ਸਕਦੀ ਹੈ ਬਿਊਰੋ ਰਿਪੋਰਟ ਦਿੱਸ਼ਾਪ੍ਰਿੰ ਨਿਊਜ਼ ਦੇ ਨਾਲ ਧੰਨਵਾਦ